अस्सलाम वालेकुम जी। वालेकुम सलाम जी। सज्जाद साहब गल कर रहे हो? हाँ जी सज्जाद साहब, राणा एजाज गल कर रहे हैं। अच्छा करो जी। भाईजान फैसलाबाद तो गल कर रहे हैं। करी जाओ जनाब, करो। भाईजान गल ये आ के एक कफन सवाना है जी। कफन? जी जी, तुसी दर्जियां दा काम करदे ना जी? हाँ जी, लेकिन मैं कफन कुफन नहीं सींदा भाई। नहीं ओदे ते ए है जी, ओ जिहड़ा बंदा आ ओ इत्थे इस टाइम ना दर्जी कोई नहीं सी नेड़े लभण डिया। असी असल च ना बैठे आ बहुत दूर। ठीक है। एक फैक्ट्री आ। अच्छा जी। ओ च कम करन डए आ ते इत्थे एक फौतगी हो गई है, तो दोस्त सी उन्होंने तुहाडा नंबर ता कहिंदा जी दर्जियां दा काम करदे आ। हाँ जी। उन्होंने मैनूं इह वी दस्सिया कि जिहड़े साडे बंदे फौत होए ने ना जी, ओ कद काट च हैगे आ तुहाडे जिहड़े। ਤੇ ਤੁਸੀਂ ਏਦਾਂ ਕਰੋ, ਉਹ ਸੀ ਕੇ ਨਾ ਤੇ ਜੀ ਪਾ ਕੇ ਅੱਛੇ ਤਰੀਕੇ ਨਾਲ। ਹਾਂ ਹਾਂ। ਕਿਸੇ ਯਾਰ ਦੋਸਤ ਨੂੰ ਕਹੀਓ ਤਸਵੀਰ ਇੱਕ ਖਿੱਚ ਕੇ ਨਾ ਸਾਨੂੰ ਵਟਸਐਪ ਕਰੋ, ਪਹਿਲੇ ਦੇਖੀਏ ਕਿ ਉਹ ਸਾਈਜ਼ ਠੀਕ ਹੈ। ਠੀਕ ਹੈ। ਤੇ ਰੂੰ ਲੈ ਲੈਣਾ ਜ਼ਰਾ ਨੱਕ ਤੇ ਨੇ। ਅੱਛਾ ਜੀ, ਮਾਸ਼ਾ ਅੱਲਾਹ ਤੁਹਾਡੀ ਖੈਰ ਜ਼ਿੰਦਗੀ ਕਰੇ। ਮੈਂ ਸੂਟ ਸੀਨਾ, ਪੈਂਟ ਕੋਟ ਸੀਨਾ, ਕਫਨ ਮੈਂ ਭਾਜੀ ਕਦੀ ਨਾ ਸੀਤਾ ਨਾ ਮੈਨੂੰ ਤਜਰਬਾ। ਦੂਸਰੀ ਗੱਲ ਇਹ ਹੈ, ਅਗਰ ਤੁਹਾਨੂੰ ਮਜਬੂਰੀ ਹੈ ਕਿ ਵੀ ਵਾਕਈ ਸਵਾਉਣਾ ਹੀ ਆ। ਹਾਂਜੀ ਮੈਂ ਸੀ ਦਿਆਂਗਾ, ਲੇਕਿਨ ਅੱਗੋਂ ਜਿਹੜੀ ਤੁਸੀਂ ਮੈਨੂੰ ਹਰਕਤ ਦੱਸ ਰਹੇ ਜੇ ਨਾ ਕਿ ਮੈਂ ਪਾ ਕੇ ਤੁਹਾਨੂੰ ਵਟਸਐਪ ਤਸਵੀਰ ਕਰਾਂ, ਪਸੰਦ ਕਰਾਵਾਂ। ਨਹੀਂ ਭਾਈ ਨਾ, ਉਹ ਨੱਕ ਚ ਨੂੰ ਵੀ। ਹਾਂਜੀ ਨੱਕ ਚ ਨੂੰ ਵੀ ਦਵਾਂ, ਤੇ ਜਿਹੜਾ ਮੁਸ਼ਕਪੂਰ ਭੈਣ ਜਰਾ ਉਹ ਵੀ ਲਾ ਲਵਾਂ। ਹਾਂਜੀ ਤੇ ਭਾਜੀ ਫਿਰ ਕਬਰ ਚ ਵੀ ਮੈਂ ਹੀ ਪੈ ਜਾਂਗਾ, ਐਵੇਂ ਇੰਨੀ ਕੁ ਤਕਲੀਫ਼ ਵਾਸਤੇ ਤੁਸੀਂ ਆਪਣੇ ਮੁਰਦੇ ਨੂੰ ਅਜ਼ੀਅਤ ਦੇਣੀ, ਪਿੱਛੇ ਰਹਿ ਕੇ ਜਾਣਾ ਭੈਣ। ਨਹੀਂ ਭੈਣ ਨੂੰ ਤੁਸੀਂ ਬੰਦਾ ਆ ਜਾਏਗਾ ਤੁਹਾਡੇ ਕੋਲ ਲੈਣ, ਉਹ ਅਸੀਂ ਉਹਨੂੰ ਚਾੜ ਦਿੰਦੇ ਇੱਥੋਂ ਹੁਣੇ ਬੱਸ ਤੇ। ਤੁਸੀਂ ਸੀ ਕੇ ਨਾ ਦਬਾ ਦਬ ਤਸਵੀਰ ਸਾਨੂੰ ਵਟਸਐਪ ਕਰੋ ਇੱਕ ਭੈਣ। ਨਹੀਂ ਭਾਜੀ, ਜਿਹੜਾ ਬੰਦਾ ਤੁਸੀਂ ਚਾੜਨਾ ਨਾ ਬੱਸ ਤੇ, ਹਾਂਜੀ ਉਹਨੂੰ ਪਹੁੰਚ ਲੈਣ ਦਿਓ ਰਸਤੇ ਚ, ਉਹ ਵੀ ਨਾ ਨਾ ਐਕਸੀਡੈਂਟ ਨਾ ਮਰ ਜਾਏ, ਫਿਰ ਦੋ ਮੈਂ ਇਕੱਠੇ ਸੀ ਦਾਂਗਾ ਜੇ ਏਦਾਂ ਦਾ ਕੁਝ ਹੋ ਗਿਆ। ਭੈਣ ਕੱਪੜਾ ਤੁਹਾਡਾ ਕੱਪੜਾ ਤੁਸੀਂ ਲੈ ਲੈਣਾ, ਕੱਪੜੇ ਤੇ ਅਸੀਂ ਪੈਸੇ ਦੇ ਦਿਆਂਗੇ। ਭਾਜਨ ਮੈਂ ਸਮਝ ਗਿਆ, ਸਿਰਫ ਲਾਸ਼ ਤੁਹਾਡੀ ਹੈ ਬਸ, ਯਾਨੀ ਤੁਹਾਡੇ ਕਹਿਣ ਦਾ ਮਕਸਦ ਹੈ ਕਿ ਸਿਰਫ ਲਾਸ਼ ਤੁਹਾਡੀ ਤੇ ਬਾਕੀ ਸਾਰਾ ਕੁਝ ਮੇਰਾ। ਤੁਸੀਂ ਭਾਵੇਂ ਏਦਾਂ ਕਰੋ, ਤੁਸੀਂ ਏਦਾਂ ਕਰੋ, ਮੈਂ ਤੁਹਾਨੂੰ ਈਜ਼ੀ ਪੈਸਾ ਕਰਾਉਣਾ ਇੱਥੋਂ 1000 ਰੁਪਿਆ। ਮੈਂ ਆਪਣੇ ਭਰਾ ਲਈ ਆਸਾਨੀ ਪੈਦਾ ਕਰ ਦਿੰਦਾ ਨਾ। ਹਾਂਜੀ ਮੈਂ ਕਫਨ ਸੀਨਾ ਪਾ ਕੇ ਮੋਟਰਸਾਈਕਲ ਦੇ ਭਰਾ ਦੇ ਕੋਲ ਆ ਜਾਂਦਾ। ਹਾਂ ਪੈਟਰੋਲ ਦੇ ਪੈਸੇ ਤੁਸੀਂ ਸਾਡੇ ਕੋਲ ਲੈਣੇ ਆ। ਹਾਂਜੀ ਸ਼ੇਖੂਪੁਰਾ ਰੋਡ ਤੇ ਨਾ ਤੁਸੀਂ ਫੈਸਲਾਬਾਦ ਜਿਵੇਂ ਉਧਰੋਂ ਆਉਣਾ ਨਾ ਜੀ। ਹਾਂਜੀ ਜਿਵੇਂ ਖੋੜਿਆਂ ਦਾ ਲੰਘ ਜਾਣਾ ਅੱਗੇ ਤੁਸੀਂ। ਹਾਂਜੀ ਅੱਗੇ ਆ ਕੇ ਤੁਸੀਂ ਮੈਨੂੰ ਫੋਨ ਕਰਨਾ। ਤੇ ਭਾਈ ਰਸਤੇ ਦੇ ਵਿੱਚ ਪਤਾ ਕੀ, ਸਾਡੇ ਪੇਂਡੂ ਜੇ ਲੋਕ ਨੇ, ਹਾਂਜੀ ਉਹ ਮੈਨੂੰ ਕਫਨ ਚ ਵੇਖਣ ਆਵੇ, ਖਾ ਪਾ ਦੇਣ ਕੇ ਪਤਾ ਨੀ ਕਿਹਦੀ ਲਾਸ਼ ਖੁੱਲ ਗਈ। ਭੈਣ ਤੁਸੀਂ ਉੱਤੋਂ ਬਾਸਕਟ ਪਾ ਲੈਣਾ ਕਫਨ ਦੇ ਉੱਤੋਂ। ਹਾਂ ਵੇਖਿਆ ਨਾ, ਹੁਣ ਇਹ ਫਿਰ ਤੇ ਸਾਫਾ ਬੰਨ ਲੈਣਾ ਅੱਛੇ ਤਰੀਕੇ ਨਾਲ। ਇਹੀ ਮੈਂ ਗੱਲ ਕੀਤੀ ਸੀ ਭੈਣ ਕਿ ਅਰਬੀ ਦਾ ਅਰਬੀ ਤੇ ਲਾਸ਼ ਦੀ ਲਾਸ਼, ਜਿੱਥੇ ਖਤਰਾ ਮਹਿਸੂਸ ਹੋਵੇ ਅਰਬੀ ਬੋਲਣੀ ਸ਼ੁਰੂ ਕਰ ਦਿਓ, ਤੇ ਜਿੱਥੇ ਦੇਖੋ ਕਿ ਗਾਹਕ ਆ ਉੱਥੇ ਕਹਿ ਦਿਓ ਕਿ ਭਾਈ ਆ ਕਫਨ। ਉਹ ਯਾਰ ਮੇਰੀ ਗੱਲ ਸੁਣ ਲਾ, ਇਸ ਟਾਈਮ ਸਾਨੂੰ ਬੰਦਾ ਕੋਈ ਨੀ ਲੱਭਣਾ, ਤੇ ਮੈਂ ਮੁੰਡੇ ਨੂੰ ਭੇਜਦਾ ਵੈਗਨ ਲੈਣ, ਉਹ ਵੈਗਨ ਲੈ ਕੇ ਆਉਂਦਾ ਤੇ ਅਸੀਂ ਲਾਸ਼ ਲੈ ਕੇ ਤੇਰੇ ਨਾ ਆ ਰਹੇ ਆ ਘਰ, ਤੇ ਪੱਕਾ ਹੈ ਕੀ ਆ ਫਰਸ਼? ਨਹੀਂ ਨਹੀਂ ਮਤਲਬ ਹਾਂਡੀ ਕੀ ਪੱਕੀ ਹੈ? ਹਾਂਡੀ ਆਹੀ ਲੈ ਆ, ਪਕਾ ਲੈਨੇ ਆ। ਮੈਂ ਨਾ ਲਾਸ਼ ਲੈ ਕੇ ਆ ਰਿਹਾ ਤੁਹਾਡੇ ਕੋਲ ਤੁਹਾਡੇ ਘਰ, 2 ਘੰਟੇ ਇੱਥੇ ਬਵਾਂਗੇ ਤੇ ਰੋਟੀ ਰੁਟੀ ਕੋਈ ਚੰਗੀ ਜੀ ਪਕਾ ਲਓ, ਤੇ ਸਮਾ ਕੇ ਨਾ ਇੱਥੋਂ ਮਤਲਬ ਕਿ ਵੈਲ ਡਰੈਸ ਕਰਕੇ ਲੈ ਕੇ ਆਵਾਂਗੇ। ਆਬੇਦਾਰ ਭਰਾਵਾ ਕਿੰਨੇ ਬੰਦਿਆਂ ਨੇ ਆਉਣਾ? 4 ਬੰਦਿਆਂ ਨੇ। ਲਾਸ਼ ਪਾ ਕੇ ਕੱਢ ਕੇ? ਨਹੀਂ ਨਹੀਂ ਉਹਦੇ ਸਮੇਤ 4 ਬੰਦੇ। ਅੱਛਾ ਦੋ ਦੋ ਰੋਟੀਆਂ ਤੁਹਾਡੀਆਂ ਤੇ ਲਾਸ਼ ਦੀਆਂ ਕਿੰਨੀਆਂ? ਨਹੀਂ ਨਹੀਂ ਉਹਦੀਆਂ ਚੁੱਕੀਆਂ ਜਾਂ ਰਿਜ਼ਕ ਉਹਦਾ। ਅੱਛਾ ਉਹਦੇ ਸਦੀਆਂ ਵੀ ਤੂੰ ਖਾਣੀ ਮਰੇ, ਜਿੱਦਾਂ ਤੈਨੂੰ ਪਿਆਰ ਆ ਜਿੱਦੀ ਤੂੰ ਨਾਲ ਰੱਖੀ ਆ। ਇਹ ਕੋ ਮਰ ਜਾਵੇ ਨਾ ਧੀ ਪੁੱਤ ਕੋ ਪਿਓ ਭਰਾ ਤੇ ਦਫਨਾਈਦਾ ਹੁੰਦਾ, ਤੂੰ ਨਾਲ ਬੰਨ ਲਿਆ ਆਪਣੇ। ਲੈ ਕੇ ਆ ਰਿਹਾ ਜੀ, ਮੈਂ ਲੈ ਕੇ ਆ ਰਿਹਾ ਬਸ 2 ਘੰਟੇ ਤੁਹਾਡੇ ਕੋਲ। ਮੇਰੇ ਵੱਲ ਲੈ ਕੇ ਆਇਓ ਲਾਸ਼, ਉਹ ਤੈਨੂੰ ਮੈਂ ਤੈਨੂੰ ਦਫਾ ਹੋ ਕੇ ਤੇ ਕਿੱਥੋਂ ਆ ਗਿਆ ਤੂੰ? ਲੈ ਮੈਂ ਲਾਸ਼ ਲੈ ਕੇ ਤੇਰੇ ਵੱਲ ਆ ਰਿਹਾ, ਐਡਾ ਤੂੰ ਬਸ ਮੈਂ ਮਠਿਆਈ ਦਾ ਡੱਬਾ ਨਾ ਜਿਹੜਾ ਲੈ ਕੇ ਆ ਰਿਹਾ ਮੇਰੇ ਵੱਲ ਸਿਕਿਰਦੀ ਕਰਨ ਮੇਰੇ। ਬਸ ਅਸੀਂ 2-2.5 ਘੰਟੇ ਚ ਪਹੁੰਚ ਰਹੇ ਤੁਹਾਡੇ ਕੋਲ। ਗੱਡੀ ਚਾਹੂਗਾ ਨਾ ਦੁਕਾਨ ਆਪਣੀ? ਨਹੀਂ ਕਿੱਥੇ ਆ? ਇੱਥੋਂ ਮੈਂ ਛੱਡ ਦਿੱਤੀ ਆ, ਅੱਧ ਘੰਟਾ ਕੋ ਆ, ਮੈਂ ਸਕੱਦੂ ਚਲਾ ਗਿਆ। ਬਸ ਭਾਈ ਨਾ ਜਿੰਨਾ ਲਵੋ ਇਹ ਲਾਸ਼ ਇੱਥੇ ਦਫਨਾਓ, ਤੁਹਾਡੀ ਮਿਹਰਬਾਨੀ ਆ, ਦਫਾ ਦੂਰ ਹੋ ਜਾਓ। ਖਬਰਦਾਰ ਮੇਰੇ ਕੋਲ ਲਾਸ਼ ਲੈ ਕੇ ਆਏ ਤੇ। ਆ ਰਹੇ ਭਾਈ ਨਾ ਆ ਰਹੇ, ਆਓ ਆਓ ਦਫਾ ਆਵੋ, ਮੈਂ ਲੱਭਣਾ ਹੀ ਨਹੀਂ ਬੇਟੇ, ਮੈਂ ਦਰਦੀਆਂ ਦਾ ਕੰਮ ਹੀ ਨਹੀਂ ਕਰਦਾ, ਮੈਂ ਸਕੂਲ ਟੀਚਰ ਹਾਂ, ਮੈਂ ਬੱਚਿਆਂ ਨੂੰ ਪੜ੍ਹਾਉਣਾ, ਰਾਤ 10 ਵਜੇ ਮੈਂ ਚੱਲਾਂ ਸਕੂਲ, ਐਮਰਜੈਂਸੀ ਕਲਾਸ ਲੈਣੀ ਮੈਂ, ਐਡੀ ਲਾਸ਼ ਬਸ ਭਾਈ ਨਾ ਆਏ ਪਹੁੰਚੇ ਤੁਹਾਡੇ ਕੋਲ ਭਾਈ ਨਾ। ਓਏ ਮੇਰੇ ਵੱਲ ਆਈ, ਓਏ ਮੈਂ ਤੈਨੂੰ ਦੱਸਦਾ ਮੈਂ ਤੇਰੇ ਮੁੱਕੀਆ ਮਾਰਾਂਗਾ, ਮੈਂ ਮਹੱਲੇ ਦੇ ਕੁੱਤੇ ਪਵਾ ਦੇਣੀ ਤੈਨੂੰ, ਤੇ ਤੁਸੀਂ ਤਾਂ ਨੱਸ ਜਾਣਾ, ਤੁਹਾਡੀ ਲਾਸ਼ ਕੋਈ ਨਹੀਂ ਦੌੜਿਆ ਜਾਣਾ, ਲੀਰੋ ਲੀਰ ਕਰ ਦੇਣੀ ਹੈ ਕੁੱਤਿਆਂ ਨੇ। ਆਏ ਆਏ ਏਡਾ ਚਾਹ ਤੈਨੂੰ ਲਾਸ਼ ਨਾਲ ਟਰੈਵਲਿੰਗ ਕਰਨ ਦਾ,
ਦੁੱਧ ਪੱਤੀ ਮੰਗਾ ਕੇ ਰੱਖ ਲੈਣਾ ਤੇਰਾ ਹਾਂਜੀ ਠੰਡ ਚ ਆਉਣਾ ਅਸੀਂ ਬੇਟੇ ਮੈਂ ਕੁੱਤ ਪੱਤੀ ਮੰਗਾ ਕੇ ਰੱਖਾਂਗਾ ਮੇਰੇ ਕੋਲ 36 ਸੈਂਸੀ ਕੁੱਤੇ ਨੇ ਬਾਹਰ ਤੂੰ ਆਹ ਲੈਸ ਲੈ ਕੇ ਤੂੰ ਮੇਰੇ ਪਿੰਡ ਤੂੰ ਇਹ ਤੇ ਮੇਰੇ ਇਲਾਕੇ ਚ ਵੜਨਾ ਵੇਖੀ ਤੇਰਾ ਹਾਲ ਕੀ ਹੁੰਦਾ ਤੁਸੀਂ ਇੱਕ ਨਾਲ ਪਾਣੀ ਬਿਸਕੁਟ ਮੰਗਾ ਲੈਣਾ ਸੁਪਰ ਦੇ ਥੋੜੀ ਚਿਪਸ ਨਾਲ ਕਢਾ ਲੈਣਾ ਤੇਰਾ ਗਰਮ ਗਰਮ ਓਏ ਓਏ ਫੋਨ ਬੰਦ ਕਰ ਦੇ ਓਏ ਗਰਮ ਗਰਮ ਚਿਪਸ ਮੈਂ ਆਪਣੀ ਘਰ ਵਾਲੀ ਚਿਪਸ ਤੇ ਲੰਮੇ ਪਾ ਕੇ ਕੁੱਟਣਾ ਤੈਨੂੰ ਚਿਪਸ ਕਢਾ ਲੈਣਾ ਲਾਸ਼ ਆ ਰਹੀ ਹੈ ਮਰੇ ਕਿ ਮਤਲਬ ਰਿਸ਼ਤਾ ਦੇਖਣ ਆ ਰਹੇ ਕਿਤੇ ਜਾਂ ਦਿਖਾਉਣ ਆ ਰਹੇ ਲਾਸ਼ ਵਾਸਤੇ ਮੈਂ ਚਿਪਸ ਮੰਗਾ ਲਵਾਂ ਲਾਸ਼ ਵਾਸਤੇ ਮੈਂ ਬਿਸਕੁਟ ਮੰਗਾ ਲਵਾਂ ਮੈਨੂੰ ਤਾਂ ਲੱਗਦਾ ਬੇਟੇ ਤੁਸੀਂ ਲਾਸ਼ ਜਾਣ ਕੇ ਇਸੇ ਤੋਂ ਕੋਟ ਰੱਖੀ ਲੋਕਾਂ ਦੇ ਘਰੋਂ ਖਾਣ ਪੀਣ ਜਿੱਧਰ ਮਰਜ਼ੀ ਲਾਸ਼ ਚੁੱਕ ਕੇ ਲੈ ਜਾਂਦੇ ਰਵੈਣ ਪਾ ਕੇ ਉਹ ਤੋਂ 800-900 ਦਿਹਾੜੀ ਲਾ ਕੇ ਵਾਪਸ ਆ ਜਾਂਦੇ ਜੀ ਇਹ ਲਾਸ਼ ਨੂੰ ਵੀ ਮੇਰਾ ਹੱਥ ਚਾਰ ਚਪੇੜਾਂ ਪੈਣੀਆਂ ਨੇ ਉੱਠ ਪੈਣਾ ਆਏ ਭਾਵੇਂ ਨਾ ਆਏ 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 ਬਸ ਤੁਸੀਂ ਨਾ ਇੱਥੇ ਹੀ ਰਹਿਣਾ ਤੇ ਆਏ ਕੋਲੇ ਮੰਗਾ ਲੈਣਾ 1/2 ਕਿਲੋ ਤੇਰਾ ਕੀ ਜੀ ਕੋਲੇ ਕੋਲੇ ਸੇਕਾਂਗੇ ਰਾਤ ਨੂੰ ਮੈਂ ਕੋਲੇ ਕੋਲੇ ਕਰਕੇ ਨਾ ਕੋਲੇ ਮਾਰਨੇ ਮੂੰਹ ਤੇ ਸਮਝ ਆਈ ਇਹ ਤੈਨੂੰ ਨੰਬਰ ਦਿੱਤਾ ਕਿੰਨੇ ਮੇਰਾ ਓਏ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਜੇ ਤੇ ਪੁੱਤਰ ਗੱਲ ਹੈਗੀ ਨਾ ਸੱਚੀ ਮੁੱਚੀ ਕੇ ਲਾਸ਼ ਆ ਤੇ ਸ਼ੁਗਲ ਨਾ ਕਰ ਇਹਨੂੰ ਦਫਨਾ ਨਹੀਂ ਨਹੀਂ ਭੈਣ ਆ ਰਹੇ ਲੈ ਕੇ ਤੁਹਾਡੇ ਕੋਲ ਆ ਰਹੇ ਭੈਣ ਉਹ ਯਾਰ ਮੇਰੇ ਕੋ ਤੁਸੀਂ ਕਿੱਦਾਂ ਲਾਸ਼ ਮੈਂ ਕੀ ਕਰਨੀ ਲਾਸ਼ ਨੂੰ ਭਾਈ ਤੁਸੀਂ ਹਾਲਾਤ ਦੇ ਕੇ ਦੱਸਣ ਯਾਰ ਮੈਨੂੰ ਚੈੱਕ ਕਰ ਲੈਣਾ ਨਾ ਸਿਆਣੇ ਅਸੀਂ ਚੈੱਕ ਕਰ ਲੈਣਾ ਜਿਹੜਾ ਮਰ ਗਿਆ ਕਿਹੜਾ ਮੋਟਰਸਾਈਕਲ ਡਿੱਗੀ ਪਈ ਕਿਤੇ ਸਟਾਰਟ ਨਹੀਂ ਹੁੰਦੀ ਵੀ ਜਿਹਦਾ ਮੈਂ ਪਲੱਗ ਬਦਲ ਕੇ ਉਹਨੂੰ ਮੈਂ ਦੁਬਾਰਾ ਸਟਾਰਟ ਕਰ ਲੈਣਾ ਅੱਲਾ ਮਾਫੀ ਦੇ ਕਿੱਦਾਂ ਦੀਆਂ ਮਨਹੂਸ ਗੱਲਾਂ ਕਰ ਲਿਆ ਮਨਹੂਸ ਮੂੰਹ ਵਾਲਿਆ ਕਿੱਥੋਂ ਤੂੰ ਮੈਨੂੰ ਫੋਨ ਕਰ ਲਿਆ ਖਬਰਦਾਰ ਦੁਬਾਰਾ ਮੈਨੂੰ ਫੋਨ ਕੀਤਾ ਮੈਨੂੰ ਕਿਸੇ ਹੋਰ ਕੰਮ ਕਰਨ ਦੇ ਤੂੰ ਜਾ ਕੇ ਹੋਰ ਦਰਜੀ ਲੱਭ ਬਸ ਆਏ ਭੈਣ ਆਏ ਇਨਸ਼ਾਅੱਲਾ 2-2.5 ਘੰਟੇ ਸਾਡੇ ਕੋਲ ਕਿਸੇ ਬਈ ਸਹੀ ਕਿਸੇ ਢੀਠ ਖਾਨਦਾਨ ਦਾ ਬੱਚਾ ਬਈ ਤੂੰ ਇਹ ਪੁੱਲ ਉੱਤਰ ਦੇ ਭੈਣ ਖੱਬੇ ਹੱਥ ਨਾ ਆ ਪੁੱਲ ਦੇ ਇੱਥੇ ਦਹੀਂ ਭੱਲੇ ਵਾਲਾ ਹੁੰਦਾ ਦਹੀਂ ਭੱਲੇ ਵਾਲਾ ਜਿੱਥੇ ਪੁੱਲ ਦੇ ਬਿਲਕੁਲ ਦਰਮਿਆਨ ਚੋਂ ਖੱਬੇ ਹੱਥ ਉੱਤਰ ਜਾਣਾ ਥੱਲੇ ਇਨਸ਼ਾਅੱਲਾ ਤੁਸੀਂ ਇੱਕ ਲੈ ਕੇ ਆਉਣੀ ਆ ਫਿਰ ਬੰਦਿਆਂ ਨੇ ਚਾਰ ਵਾਪਸ ਭੇਜਣੀਆਂ ਤੁਹਾਡੇ ਪਿੰਡ ਇੱਕ ਨਾ ਇੱਕ ਫ੍ਰੀ ਹੁੰਦੀ ਆ ਉਹਨਾਂ ਨੂੰ ਇੱਕ ਨਾ ਤਿੰਨ ਫ੍ਰੀ ਮਿਲਣੀਆਂ ਤੁਹਾਡੇ ਪਿੰਡ ਵਾਲੇ ਨੂੰ ਟੈਨਸ਼ਨ ਨਾ ਲੈ ਤੂੰ ਆਏ ਭੈਣ ਆਏ ਇਨਸ਼ਾਅੱਲਾ ਆਏ ਆਏ ਭੈਣ ਆ ਜਾਓ ਇਹਨੂੰ ਘਰ ਹੀ ਛੱਡ ਕੇ ਆਉਣਾ ਨਹੀਂ ਨਹੀਂ ਯਾਰ ਨਹੀਂ ਨਹੀਂ ਇਹ ਲਾਸ਼ ਨੂੰ ਘਰ ਛੱਡ ਆਉਣਾ ਪਿੱਛੇ ਘਰ ਵੀ ਕੋਈ ਹੋਣਾ ਚਾਹੀਦਾ ਭਾਜੀ ਚੋਰੀ ਚੋਰੀ ਹੋ ਜੇ ਕੋਈ ਬੰਦਾ ਆਵੇ ਚਲੋ ਅੱਖਾਂ ਬੰਦ ਹੋਣੀਆਂ ਉਹਨੂੰ ਇਹ ਲੱਗੂਗਾ ਵੀ ਪਤਾ ਨਹੀਂ ਸੁੱਤਾ ਬੰਦਾ ਯਾਰ ਚਲੋ ਕੋ ਘਰ ਦੀ ਰਖਵਾਲੀ ਵਾਸਤੇ ਵੀ ਹੋਣਾ ਚਾਹੀਦਾ ਇਹਨੂੰ ਛੱਡ ਆਉਣਾ ਤੁਸੀਂ ਆ ਜਾਣਾ ਮੈਂ ਤੁਹਾਡੇ ਚੋਂ ਇੱਕ ਦੀ ਲਾਸ਼ ਕਰ ਲਾਂਗਾ ਇੱਥੇ ਬਸ ਪਹੁੰਚੇ ਭੈਣ ਪਹੁੰਚੇ ਇਨਸ਼ਾਅੱਲਾ ਆ ਪਹੁੰਚੋ ਮੈਂ ਨਹੀਂ ਅੱਗੇ ਪਹੁੰਚਣ ਲੱਗਾ ਕਿਤੇ ਆਏ ਭੈਣ ਆਏ ਭੈਣ ਆ ਜਾਓ ਆ ਜਾਓ ਆ ਜਾਓ ਸ਼ਾਬਾਸ਼ ਆ ਜਾਓ ਪੁੱਤ ਆ ਜਾਓ